ਹਲਾ ਦੋਸਤੋ ਪਿਛਲੇ ਲੈਕਚਰ ਚ ਜੋ ਆਪਾਂ ਗੱਲ ਕੀਤੀ ਸੀ ਮਦਮਾ ਦੀ ਪ੍ਰਤੱਖ ਵਿਧੀ ਦੀ ਗੱਲ ਕੀਤੀ ਸੀ ਹੈਨਾ ਇਸ ਦੇ ਵਿੱਚ ਆਪਾਂ ਉਸ ਤੋਂ ਅੱਗੇ ਚਲਦੇ ਹੋਏ ਉਹਦੀ ਅਗਲੀ ਵਿਧੀ ਅਪਰਤੱਖ ਵਿਧੀ ਇਨਡਾਇਰੈਕਟ ਸ਼ਾਰਟਕਟ ਇਹਨੂੰ ਡਿਵੀਏਸ਼ਨ ਮੈਥਡ ਨਾਲ ਵੀ ਦੱਸਿਆ ਜਾਂਦਾ ਹੁਣ ਅਪਰਤੱਖ ਵਿਧੀ ਦਾ ਫਾਇਦਾ ਕੀ ਹੈ ਜਦੋਂ ਆਪਣੇ ਕੋਲ ਜਿਹੜੇ ਅੰਕੜੇ ਨੇ ਉਹ ਵੱਡੇ ਹੋਣ ਵੱਡੀ ਗਿਣਤੀ ਦੇ ਵੱਡੀਆਂ ਸੰਖਿਆਵਾਂ ਹੋਣ ਇਹ ਜਿਵੇਂ ਲਾਸਟ ਲੈਕਚਰ ਚ ਆਪਾਂ ਪਿੱਛੇ ਦੇ ਦਸ਼ਮਲਵ ਵਾਲੇ ਕੁਸ਼ਚਨ ਕੀਤੇ ਸੀ ਹਨਾ ਦਸ਼ਮਲਵ ਆ ਗਿਆ ਸੀ ਜਾਂ ਦਸ਼ਮਲਵ ਵਿਚੋਂ ਕਿਉਂਕਿ ਕਿਤੇ ਨਾ ਕਿਤੇ ਅਗਰ ਸੰਖਿਆਵਾਂ માં ਵੱਡੀਆਂ ਨੇ 20 25 30 ਦੀ ਅੱਗੇ 60 ਪੈਣਾ ਗੁਣਾ ਕਰਨੀਆਂ ਤਾਂ ਕਿਤੇ ਨਾ ਕਿਤੇ ਗੁਣਾ ਕਰਨੀ ਔਖੀ ਹੋ ਜਾਂਦੀ ਹੈ ਜਾਂ ਜਦੋਂ ਦਸ਼ਮਲਵ ਚ ਹੁੰਦੇ ਆ ਤਾਂ ਆਪਾਂ ਨੂੰ ਪੁਆਇੰਟਾਂ ਦੀ ਸਮੱਸਿਆ ਆ ਸਕਦੀ ਆਪਣੇ ਗਲਤੀ ਦੇ ਚਾਂਸ ਵੱਧ ਜਾਂਦੇ ਆ ਤਾਂ ਉਸ ਦੇ ਲਈ ਫਿਰ ਆਪਣੇ ਕੋਲੇ ਇਹ ਮੈਥਡ ਹੈ ਸਟੈਪ ਡਿਵੀਏਸ਼ਨ ਇਹਦਾ ਫਾਰਮੂਲਾ ਕੀ ਹੈ ਪਹਿਲਾਂ ਮੈਂ ਫਾਰਮੂਲੇ ਤੇ ਗੱਲ ਕਰਦਾ ਦੋਸਤੋ a ਪਲੱਸ sigma fd ਵਟੇ sigma f ਇਹ ਫਾਰਮੂਲਾ ਹੈ a ਕੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਅਸਿਊਮਡ ਵੈਲਿਊ ਅਸਿਊਮਡ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਇਹ ਕੋਈ ਵੀ ਕੀਮਤ ਲੈ ਸਕਦੇ ਹੋ 1 2 3 4 5 ਕੋਈ ਵੀ ਕੁਦਰਤੀ ਸੰਖਿਆ ਤੁਸੀਂ ਲੈ ਸਕਦੇ ਹੋ ਮੈਂ ਤੁਹਾਨੂੰ ਲੈ ਕੇ ਦਿਖਾਉਂਗਾ ਆਨਸਰ ਤੇ ਕੋਈ ਫਰਕ ਨਹੀਂ ਪੈਂਦਾ ਠੀਕ ਹੈ f ਬਾਰੇ ਆਪਾਂ ਗੱਲ ਕਰ ਚੁੱਕੇ ਆ ਬਾਰੰਬਾਰਤਾ ਹੁੰਦੀ ਹੈ ਹੁਣ ਇੱਕ ਆ ਗਈ ਇੱਥੇ d d ਹੁੰਦੀ ਹੈ ਦੋਸਤੋ x a x ਦੇ ਵਿੱਚੋਂ a ਘਟਾ ਕੇ ਇਹਨੂੰ ਬੋਲਦੇ ਨੇ ਡਿਵੀਏਸ਼ਨ ਵਿਚਲਨ ਤਾਂ d ਹੁੰਦਾ ਹੈ x ਦੇ ਵਿੱਚੋਂ a ਘਟਾ ਕੇ ਮੈਂ ਇੱਕ ਉਦਾਹਰਣ ਲੈ ਕੇ ਕੁਸ਼ਚਨ ਸਮਝਾਉਣਾ ਉਸ ਜ਼ਿਆਦਾ ਵਧੀਆ ਹੈ ਆਪਾਂ ਮੱਧਮਾਨ ਪਤਾ ਕਰਨਾ ਹੈ ਵਰਗ ਅੰਤਰਾਲ ਬਾਰੰਬਾਰਤਾ 0 ਤੋਂ 10 10 ਤੋਂ 20 20 ਤੋਂ 30 30 ਤੋਂ 40 40 ਤੋਂ 50 ਠੀਕ ਹੈ ਤੇ ਬਾਰੰਬਾਰਤਾ ਦੀ ਗੱਲ ਕਰਦੇ ਆਪਾਂ 16 19 12 18 15 ਠੀਕ ਤਾਂ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਸੀ ਯਾਦ ਕਰੋ ਮੱਧਮਾਨ ਦੇ ਲਈ ਮੱਧ ਕੀ ਮੱਧ ਕੀਮਤ ਹੈ ਨਾ ਮੱਧ ਬਿੰਦੂ ਉਹਨੂੰ ਆਪਾਂ ਕੀ ਲੈ ਕੇ ਚੱਲਦੇ ਸੀ x ਬਾਰੰਬਾਰਤਾਂ ਨੂੰ ਕੀ ਮੰਨਦੇ ਸੀ f 0 ਤੋਂ 10 ਦਾ ਮੱਧ ਬਿੰਦੂ 5 ਇਹਦਾ 15 20 ਤੋਂ 30 ਦੇ ਬਿਲਕੁਲ ਵਿਚਾਲੇ ਆ ਗਿਆ 25 35 45 ਜਦੋਂ ਆਪਾਂ ਪ੍ਰਤੱਖ ਵਿਧੀ ਦੀ ਗੱਲ ਕੀਤੀ ਸੀ ਆਪਾਂ ਇਹਦੇ ਗੁਣਾ ਕਰਦੇ ਸੀ ਹੈਨਾ ਗੁਣਾ ਕਰਦੇ ਸੀ ਨਾ ਹੁਣ ਆਪਾਂ ਕੀ ਕਰਨੇ ਆ ਅਪਰਤਕ ਵਿਧੀ ਦੀ ਗੱਲ ਕਰਨੀ ਹੈ ਤਾਂ ਇੱਥੇ ਦੇਖੋ ਹੁਣ ਸਭ ਤੋਂ ਵੱਡੀ ਗੱਲ x ਆਪਣੇ ਕੋਲੇ ਆ ਚੁੱਕਿਆ ਹੈ a ਲੈਣਾ ਹੈ ਇਹ x ਦੇ ਵਿੱਚੋਂ ਚੁਣੀ ਹੈ ਵੈਲਿਊ x ਵਿੱਚੋਂ ਕੋਈ ਵੀ ਪਹਿਲੀ ਗੱਲ ਕਿਤਾਬਾਂ ਦੇ ਵਿੱਚ ਕੀ ਹੁੰਦਾ ਤੁਸੀਂ x ਦੇ ਵਿੱਚੋਂ ਚੁਣੋ ਆਪਾਂ ਇੱਕ ਚੁਣ ਲਏ ਹੁਣ ਤੁਹਾਡੀ ਮਰਜ਼ੀ ਹੈ ਤੁਸੀਂ 5 ਲੈ ਸਕਦੇ ਹੋ 15 ਲੈ ਸਕਦੇ ਹੋ 25 ਲੈ ਸਕਦੇ ਹੋ 35 ਲੈ ਸਕਦੇ ਹੋ 45 ਲੈ ਸਕਦੇ ਹੋ ਆਪਾਂ ਨੂੰ ਕੀ ਹੁੰਦਾ ਸੌਖਾ ਕਰਨ ਦੇ ਲਈ ਆਪਾਂ ਬਚਾ ਲਏ ਜੇ ਕੀਮਤ ਲੈ ਲੈਨੇ ਆ ਮੈਂ ਇਹ 25 ਨੂੰ ਲੈ ਰਹੇ ਹਾਂ ਠੀਕ ਤਾਂ ਹੁਣ ਇਹ ਤੋਂ ਬਾਅਦ ਕੀ ਕਰਨਾ ਹੈ ਦੇਖੋ ਆਪਾਂ ਡੀ ਕੱਢਣਾ ਹੈ ਡੀ ਹੋ ਗਿਆ x a x 5 a 25 525 ਘਟਾਏ 15 25 ਘਟਾਏ x a ਘਟਾਇਆ x a ਘਟਾਇਆ x a ਘਟਾਇਆ 5 ਚੋਂ 25 ਘਟਾਏ -2 -10 0 10 v ਠੀਕ ਹੈ ਹੁਣ ਆਪਣੇ ਕੋਲ ਦੇਖੋ ਕੀ ਆ ਗਿਆ d ਆ ਗਿਆ d ਦੀ ਗੁਣਾ ਕਿਹਦੇ ਨਾਲ ਐਫ ਨਾਲ ਇਹਨਾਂ ਦੋਹਾਂ ਦੇ f d ਦੀ 16 ਦੀ ਇਹ ਨਾਲ ਕਿੰਨੀ -16 ਦੁਨਾ 32 19 ਦੀ ਨਾਲ ਕਿੰਨੀ -19 19 12 ਦੀ ਨਾਲ ਕਿੰਨੀ 0 18 ਦੀ ਨਾਲ ਕਿੰਨੀ 180 15 ਦੀ ਨਾਲ ਕਿੰਨੀ ਦੇਸੋ ਠੀਕ ਹੋ ਗਿਆ ਮਾਈਨਸ ਵਾਲੇ ਅੱਡ ਜੋੜ ਦੋ -510 ਇਹਨਾਂ ਨੂੰ ਅੱਡ ਜੋੜ ਦੋ 480 ਤੇ -510 480 ਕਿੰਨਾ ਹੋ ਗਿਆ -3 ਆਪਣੇ ਕੋਲੇ fd ਆ ਗਿਆ ਆਪਾਂ ਨੂੰ ਕੀ ਚਾਹੀਦਾ f ਜੋੜਦੇ ਆ 6 ਤੇ 9 15 ਤੇ 2 17 ਤੇ 8 25 ਤੇ 5 30 3 3 ਤੇ 5 8 ਤਾਂ sigma f ਕਿੰਨਾ ਆ ਗਿਆ ਦੋਸਤੋ 80 ਆ ਗਿਆ ਤਾਂ ਇੱਥੋਂ ਤੱਕ ਹੋ ਗਿਆ ਆਪਣਾ ਇੱਕ ਟਾਪਿਕ ਸਹੀ ਹੈ ਹੁਣ ਆਪਾਂ ਫਾਰਮੂਲੇ ਦੀ ਗੱਲ ਕਰਨੀ ਹੈ ਤਾਂ ਦੇਖੋ ਫਾਰਮੂਲਾ ਕੀ ਸੀ ਆਹ ਸੇ ਫਾਰਮੂਲਾ ਆਪਣੇ ਕੋਲੇ ਫਾਰਮੂਲਾ ਹੈ ਮੀਨ a Σfd Σf a ਕਿੰਨਾ ਹੈ 25 fd ਦਾ ਜੋੜ -3 Σf 80 ਤਾਂ ਇੱਥੇ ਦੇਖੋ ਸਭ ਤੋਂ ਪਹਿਲਾਂ ਇਨੂੰ ਹੱਲ ਕਰਨਾ ਹੈ ਪਲੱਸ ਮਾਈਨਸ ਮਾਈਨਸ ਜ਼ੀਰੋ ਨਾਲ ਜ਼ੀਰੋ ਕੱਟਿਆ ਗਿਆ 3 ਨੂੰ ਵੰਡਰਿਆ ਦੇਖੋ ਪੁਆਇੰਟ ਲੱਗ ਗਿਆ 8 3 24 6 0 8 7 56 4 0 8 5 40 ਤਾਂ ਆਪਣੇ ਕੋਲੇ ਆ ਗਿਆ 0.375 ਹੁਣ ਆਪਾਂ ਇਹਦਾ ਘਟਾ ਕਰਾਂਗੇ ਇਸ ਕੁਐਸਚਨ ਦਾ ਦੇਖੋ ਮੱਧਮਾਨ ਕਿੰਨਾ ਆ ਗਿਆ 24.625 ਹੁਣ ਇੱਥੇ ਦੋਸਤੋ ਮੈਂ ਜਿਹੜਾ A ਲਿਆ ਅਸਿਊਮਡ ਵੈਲਿਊ ਲਈ ਹੈ ਆਪਾਂ ਉਹ 25 ਲਈ ਹੈ ਤੇ ਮੈਂ ਤੁਹਾਨੂੰ ਕੀ ਗੱਲ ਕਹੀ ਸੀ A ਆਪਾਂ ਕੋਈ ਵੀ ਲੈ ਸਕਦੇ ਹਾਂ ਨਾ ਤਾਂ ਇੱਥੇ ਮੈਂ ਹੁਣ A ਨੂੰ ਬਦਲ ਰਿਹਾ ਕੁਐਸਚਨ ਮੈਂ ਇਹੀ ਲੈ ਕੇ ਚੱਲ ਰਿਹਾ ਸੇਮ ਇੱਕ ਸਮਝਾਉਣ ਦੇ ਲਈ ਮੈਂ A ਨੂੰ ਬਦਲ ਰਿਹਾ ਆਪਾਂ ਹੁਣ ਇਹਦੀ ਥਾਂ ਤੇ A ਨੂੰ ਕੁਝ ਹੋਰ ਲੈ ਕੇ ਚੱਲਾਂਗੇ ਦੇਖੋ ਆਨਸਰ ਇਹਦਾ ਕਿੰਨਾ ਆ ਗਿਆ चौबी पॉइंट छे सौ पची इस क्वेश्चन का जो आंसर आ रहा है चौबीस पॉइंट छे सौ पची है आप चेक कर दे ना कोई होर वैल्यू लेके चलीए मैं लै रहा इस तो बिना देखो लैन इतों कोई भी लै सकते हो हूँ मैं ए सपोज किया मान लो ए आ गया दस अपने कन्ियों लै रहा तो हूँ डी की हो गया एक्स माइनस ए एक्स माइनस ए x a x a x a x a ਇਹਨੂੰ ਘਟਾਇਆ -5 +5 15 25 35 ਹੁਣ f ਦੀ d ਨਾਲ ਗੁਣਾ ਠੀਕ ਹੈ 16 ਦੀ -5 ਨਾਲ ਕੀਤੀ -80 19 5 95 12 15 180 18 ਦੀ ਕਰੋ 1859009 18236 ਤੇ 945 15575 57 15345 ਤੇ 752 ਠੀਕ ਪਲੱਸ ਵਾਲੇ ਅੱਡ ਜੋੜੋ ਹਸਲ ਇੱਕ 10 8 18 ਤੇ 725 2 3 ਤੇ 47 ਤੇ 512 ਹੁਣ 1250 ਦੇ ਵਿੱਚੋਂ 80 ਘਟਾਏ 1170 ਠੀਕ ਹੋ ਗਿਆ ਦੋਸਤੋ ਤਾਂ ਆਪਣੇ ਕੋਲੇ ਆ ਫਾਰਮੂਲਾ ਆ ਗਿਆ ਕੀਮਤਾਂ ਆ ਗਈਆਂ ਹੁਣ ਦੇਖੋ ਆਪਾਂ ਫਾਰਮੂਲੇ ਤੇ ਗੱਲ ਕਰਦੇ ਆ ਏ ਪਲੱਸ sigma fd ਵਟੇ sigma f ਏ ਆਪਾਂ ਉਹ ਕਿੰਨਾ ਲਿਆ 10 sigma fd ਕਿੰਨਾ ਹੋ ਗਿਆ 1170 sigma f ਕਿੰਨਾ ਹੋ ਗਿਆ 80 ਜ਼ੀਰੋ ਨਾਲ ਜ਼ੀਰੋ ਕੱਟ ਗਿਆ 8 14 8 112 5 50 8 6 ਦਾ 48 22 120.652 ਚੈੱਕ ਕਰੋ ਆਨਸਰ ਤੇ ਦੋਸਤੋ ਕੋਈ ਫਰਕ ਨਹੀਂ ਪੈਂਦਾ ਤੁਸੀਂ ਇਹ ਨੂੰ ਕੀ ਲੈ ਕੇ ਚੱਲ ਰਹੇ ਹੋ ਇਹਦੇ ਵਿੱਚ ਹੋਵੇ ਤਾਂ ਵੀ ਕੋਈ ਫਰਕ ਨਹੀਂ ਇਹਦੇ ਵਿੱਚੋਂ ਸੰਖਿਆ ਨਾ ਹੋਵੇ ਤਾਂ ਵੀ ਕੋਈ ਫਰਕ ਨਹੀਂ ਆਪਾਂ ਵਿਚਾਰ ਕਿਉਂ ਲੰਨੇ ਆ ਕੁਐਸਚਨ ਨੂੰ ਸੌਖਾ ਕਰਨ ਦੇ ਲਈ ਥੋੜਾ ਜਿਹਾ ਤਾਂ ਕਿ ਕੁਐਸਚਨ ਸੌਖਾ ਬਣ ਜਾਏ ਹੋਰ ਕੋਈ ਫਰਕ ਨਹੀਂ ਪੈਂਦਾ ਆਪਾਂ ਬਚਾ ਲੈ ਜੇ ਸੰਖਿਆ ਲੈਣੇ ਆ ਤਾਂ ਕਿ ਕੁਐਸਚਨ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਆਪਣੀ ਸੌਖੀ ਬਣ ਜੇ ਹੁਣ ਆਪਾਂ ਕੁਝ ਹੋਰ ਉਦਾਹਰਨਾਂ ਤੇ ਵਰਕ ਕਰਦੇ ਆ ਇਹਨੂੰ ਟਾਪਿਕ ਨੂੰ ਹੋਰ ਕਲੀਅਰ ਕਰਨ ਦੇ ਲਈ ਤੁਸੀਂ ਵੀ ਟਰਾਈ ਕਰ ਸਕਦੇ ਹੋ ਕੋਈ ਵੀ ਕੁਐਸਚਨ ਲੈ ਕੇ ਚਾਰ ਪੰਜ ਜਗ੍ਹਾ ਤੇ a ਦੀ ਕੀਮਤ ਬਦਲ ਕੇ ਦੇਖਿਓ ਤੁਹਾਡਾ ਆਨਸਰ ਸੇਮ ਆਊਗਾ ਮਦਮਨ ਪਤਾ ਕਰੋ ਵਰਗ ਅੰਤਰਾ ਬਾਰੰਬਾਰਤਾ 100 ਤੋਂ 110 110 ਤੋਂ 120 120 ਤੋਂ 130 130 ਤੋਂ 140 140 ਤੋਂ 150 150 ਤੋਂ 160 ਬਾਰੰਬਾਰਤਾ 19 18 16 15 12 10 ਇਹ ਆ ਗਈ ਤਾਂ ਹੁਣ ਬਾਰੰਬਾਰਤਾ ਨੂੰ ਦੋਸਤੋ ਆਪਾਂ ਕੀ ਲੈ ਕੇ ਚੱਲਦੇ ਸੀ ਐਫ ਹੁਣ ਆਪਾਂ ਕੀ ਕੱਢਣਾ ਮੱਧ ਬਿੰਦੂ ਜਿਹਨੂੰ ਆਪਾਂ ਕੀ ਲੈ ਕੇ ਚੱਲਦੇ ਆ ਐਕਸ ਹੈ ਨਾ 100 ਤੋਂ 110 ਦੇ ਵਿਚਾਲੇ ਕਿੰਨਾ ਆ ਗਿਆ 105 115 120 ਤੋਂ 130 ਦੇ ਵਿਚਾਲੇ 125 130 ਤੋਂ 140 ਦੇ ਵਿਚਾਲੇ 135 145 155 ਹੁਣ ਦੇਖੀਏ ਧਿਆਨ ਨਾਲ ਕਿਤੇ ਨਾ ਕਿਤੇ ਇਹਨਾਂ ਦੀ ਗੁਣਾ ਕਰਨੀ ਬੜੀ ਔਖੀ ਹੁੰਦੀ ਹੈ ਹੁਣ ਆਪਾਂ a ਲੈ ਕੇ ਚੱਲਾਂਗੇ ਤਾਂ ਕਿਹਨੂੰ ਮੰਨ ਸਕਦੇ ਆ ਕੋਈ ਵੀ ਰਕਮ ਨੂੰ ਆਪਾਂ ਬਚਾਲੇ ਜੇ ਲੈ ਲਿਆ ਮੈਂ ਇਹ ਨੂੰ ਸੁਪੋਜ਼ ਆ ਲੈ ਲਿਆ 135 ਲੈ ਲਿਆ ਤਾਂ ਡੀ ਕਿਹਦੇ ਬਰਾਬਰ ਆ ਗਿਆ ਦੋਸਤੋ x a 105 a 135 115 a 135 125 a 135 135 135 145 135 155 135 ਕਟਾ ਕੀਤਾ -3 -20 -10 0 10 20 ਹੈ ਨਾ ਹੁਣ f ਦੀ d ਨਾਲ ਗੁਣਾ 19 3 57 1 0 18 2 36 1 0 16 16 1 0 15 ਦੀ ਜ਼ੀਰ ਨਾਲ ਕਿਤੇ 0 12 12 1 0 20 10 200 ਠੀਕ ਹੋ ਗਿਆ ਮਾਈਨਸ ਵਾਲੇ ਅੱਡ ਜੋੜਦੇ ਆ 7 ਤੇ 6 13 ਤੇ 6 19 1 6 ਤੇ 3 9 ਤੇ 1 10 ਤਾਂ ਆਪਣੇ ਕੋਲੇ ਆ ਗਿਆ -1090 ਇਹਨੂੰ ਜੋੜਿਆ 320 ਇਹਨੂੰ ਹੱਲ ਕੀਤਾ 70 770 ਇਹਨੂੰ ਜੋੜਿਆ 9 ਤੇ 8 17 ਤੇ 6 23 ਤੇ 5 28 ਤੇ 2 30 3 4 5 6 7 8 9 ਤਾਂ ਦੇਖੋ ਆਪਣੇ ਕੋਲੇ ਹੱਲ ਕਰਕੇ ਕੀ ਆ ਗਿਆ ਸਿਗਮਾ ਐਫ ਆ ਗਿਆ 90 ਤੇ ਸਿਗਮਾ ਐਫ ਡੀ ਕਿੰਨਾ ਆ ਗਿਆ -70 ਹੁਣ ਆਪਾਂ ਫਾਰਮੂਲਾ ਲਾਣੇ ਆ ਮੀਨ a ਸਿਗਮਾ ਐਫ ਡੀ ਵਟੇ ਸਿਗਮਾ ਐਫ ਠੀਕ a ਕਿੰਨਾ ਹੈ 135 ਸਿਗਮਾ ਐਫ ਡੀ -70 ਵਟੇ 90 ਠੀਕ ਹੁਣ ਆਪਾਂ ਇਹਨੂੰ ਹੱਲ ਕਰਾਂਗੇ 0 ਨਾਲ 0 ਪਹਿਲਾਂ ਇਹਨੂੰ ਹੱਲ ਕਰਨਾ ਹੈ 98725509545550 ਲਗਭਗ ਇਹ .45 126 ਤਾਂ ਦੋਸਤੋ ਆਪਣਾ ਜੋ ਆਨਸਰ ਆ ਗਿਆ ਉਹ ਇਸ ਟਾਪਿਕ ਦਾ ਕੀ ਆ ਗਿਆ 126.45 ਤਾਂ ਇਹ ਸੀ ਆਪਣੀ ਇਹਦੀ ਦੂਸਰੀ ਉਦਾਹਰਣ ਸ਼ਾਰਟਕਟ ਮੈਥਡ ਦੀ ਹੁਣ ਆਪਾਂ 3rd ਮੈਥਡ ਦੀ ਗੱਲ ਕਰ ਰਹੇ ਹਾਂ ਜੋ ਇਸ ਦਾ 3rd ਮੈਥਡ ਹੈ पग विचलन विधि जो मैथड है थर्ड था है अपने को पग विचलन विधि स्टैप डेविएशन मैथड पग विचलन जो अगली विधि की आपको गल करनी है पग विचलन विधि स्टैप डेविएशन मैथड ਪਿਛਲੀ ਵੀਡੀਓ 'ਚ ਆਪਾਂ ਦੇਖੋ ਗੱਲ ਕੀਤੀ ਸੀ ਕੱਲੇ ਡਿਵੀਏਸ਼ਨ ਮੈਥਡ ਦੀ ਅਪਰਤਖ ਵਿਧੀ ਦੀ ਇੱਥੇ ਕੀ ਫਰਕ ਪੈ ਗਿਆ ਦੋਸਤੋ ਇੱਥੇ ਨਾਮ ਦੱਸ ਰਿਹਾ ਸਟੈਪ ਡਿਵੀਏਸ਼ਨ ਇੱਕ ਸਟੈਪ ਨਾਮ ਦਾ ਫਰਕ ਪੈ ਗਿਆ ਤਾਂ ਸੇਮ ਫਾਰਮੂਲੇ ਦੇ ਵਿੱਚ ਵੀ ਇੱਕ ਦਾ ਫਰਕ ਪੈਣਾ ਦੇਖੋ ਅਪਰਤਖ ਵਿਧੀ ਦਾ ਕੀ ਫਾਰਮੂਲਾ ਸੀ sigma fd ਵਟੇ sigma f ਹੁਣ ਇਹ ਕੀ ਹੋ ਗਿਆ d ਦੀ ਜਗ੍ਹਾ ਆ ਗਿਆ d' guna i ta matlab d' di keemat ki hai d/i hun i ki hai eh apan ik udharan leke chalde haan pher main samjhana udharan madhy maan pata karo apan ik udharan to zyada clear ho jao vargantaral barambarta f 0 ਤੋਂ 10 10 ਤੋਂ 20 20 ਤੋਂ 30 30 ਤੋਂ 40 40 ਤੋਂ 50 6 9 12 5 8 ਠੀਕ ਸਭ ਤੋਂ ਪਹਿਲਾਂ ਕੁੱਲ ਜੋੜ 6 ਤੇ 9 15 ਤੇ 12 27 ਤੇ 5 32 ਤੇ 8 40 ਹੈ ਨਾ ਆਪਾਂ ਦੋਸਤੋ ਉਦੋਂ ਬਾਅਦ ਕੀ ਕਰਦੇ ਸੀ ਮੱਧ ਬਿੰਦੂ ਮੱਧ ਬਿੰਦੂ ਜਿਹਨੂੰ ਆਪਾਂ x ਲੈ ਕੇ ਚੱਲਦੇ ਸੀ 0 ਤੇ 10 ਦਾ ਮੱਧ ਬਿੰਦੂ 5 10 ਤੇ 20 ਦਾ 15 20 ਤੋਂ 30 ਦਾ 25 30 ਤੋਂ 40 ਦਾ 35 40 ਤੋਂ 50 ਦਾ 45 ਹੈ ਨਾ ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ a ਬਾਰੇ ਇਹ ਆਪਾਂ ਕੋਈ ਵੀ ਸੰਖਿਆ ਲੈ ਸਕਦੇ ਹਾਂ ਸੌਖਾ ਕਰਨ ਦੇ ਲਈ ਕੀ ਕਰਦੇ ਹੁੰਦੇ ਹੁਣ ਆਪਾਂ ਵਿਚਕਾਰਲੀ ਸੰਖਿਆ ਲੈ ਕੇ ਚੱਲਦੇ ਹਾਂ ਤਾਂ d ਆ ਗਿਆ x a 5 ਚੋਂ 25 ਘਟਾਏ 15 ਚੋਂ 25 ਘਟਾਏ 25 ਚੋਂ 25 ਘਟਾਏ 35 ਚੋਂ 25 ਘਟਾਏ 45 ਚੋਂ 25 ਘਟਾਏ ਕਿਉਂਕਿ ਆਪਾਂ a ਨੂੰ ਘਟਾਣਾ ਹੁਣ 5 ਚੋਂ 25 ਘਟਾਏ -20 -10 0 10 2 ਇਹ ਜੋ ਅੰਕ ਕਮ ਆਪਾਂ ਕੀਤਾ ਦੋਸਤੋ ਇਹ ਆਪਾਂ ਜੋ ਕੰਮ ਕੀਤਾ ਸੀ ਇਹ ਆਪਾਂ ਪਿਛਲੀ ਅਪਰਤਕ ਵਿਧੀ ਦੇ ਵਿੱਚ ਕੀਤਾ ਸੀ ਹੈਨਾ ਹੁਣ ਮਸਲਾ ਆ ਗਿਆ i i ਕੀ ਹੈ ਇਹਨੂੰ ਦੇਖੋ ਧਿਆਨ ਨਾਲ -b -10 0 10 ਤੇ 20 ਇਹ ਸਾਰੇ ਕਿਸ ਰਕਮ ਤੇ ਵੰਡੀਆਂ ਜਾਂਦੀਆਂ ਤਾਂ i ਹੈ d ਦੀਆਂ ਸੰਖਿਆਵਾਂ ਦਾ ਤੁਸੀਂ ਕਹਿ ਸਕਦੇ ਹੋ ਮਹੱਤਵ ਸਮਾਪਵਰਤਕ ਇਹ ਸਾਰੀਆਂ ਦੇਖੋ 10 ਦੇ ਪਹਾੜੇ ਤੇ ਵੰਡੀਆਂ ਜਾਂਦੀਆਂ ਵੰਡੀਆਂ ਜਾਂਦੀਆਂ ਨਾ ਤਾਂ ਇਹਦਾ ਮਤਲਬ ਜੋ i ਹੈ ਉਹ ਆਪਣੀ ਕੀ ਹੈ 10 ਹੈ ਆਪਾਂ ਇਹਨੂੰ 10 ਨਾਲ ਵੰਡਿਆ -2 ਇਹ ਨੂੰ ਵੰਡਿਆ -1 ਇੱਥੇ ਆ ਗਿਆ 0 ਇੱਥੇ ਆ ਗਿਆ 1 ਇੱਥੇ ਆ ਗਿਆ 2 ਹੁਣ ਆਪਣੇ ਕੋਲੇ ਦੇਖੋ ਡੀ ਡੈਸ਼ ਆ ਗਿਆ ਆ ਗਿਆ ਹੁਣ ਆਪਾਂ ਨੂੰ ਕੀ ਚਾਹੀਦਾ ਐਫ ਡੀ ਡੈਸ਼ ਆਪਾਂ ਇਹਦੀ ਇਹਨਾਂ ਗੁਣਾ ਕਰਾਂਗੇ 6 ਦੀ -2 ਨਾਲ ਗੁਣਾ ਕੀਤੀ -12 9 ਦੀ -1 ਨਾਲ ਗੁਣਾ ਕੀਤੀ -9 12 ਦੀ 0 ਨਾਲ ਗੁਣਾ ਕੀਤੀ 0 5 ਦੀ 1 ਨਾਲ ਕੀਤੀ 5 8 ਦੁਨੀ 16 ਪਲੱਸ ਵਾਲੇ ਅੱਡ ਜੋੜ ਤੇ ਮਾਈਨਸ ਵਾਲੇ ਅੱਡ ਜੋੜ ਤੇ ਇਹ ਜੋੜ ਕੇ ਕਿੰਨਾ ਆ ਗਿਆ ਜ਼ੀਰੋ ਦੇਖੋ ਉਦਾਹਰਨ ਵੀ ਹੈ ਕਿ ਐਫ ਡੀ ਦਾ ਜੋੜ ਕੁਝ ਵੀ ਆ ਸਕਦਾ ਇਹ ਕੀ ਆ ਗਿਆ ਜ਼ੀਰੋ ਆ ਗਿਆ ਹੁਣ ਮੱਧਮਾਨ ਦਾ ਕੀ ਫਾਰਮੂਲਾ ਹੈ a Σfd' Σf i a ਕਿੰਨਾ ਹੈ 25 Σfd' ਕਿੰਨਾ ਆ ਗਿਆ ਦੋਸਤੋ ਜ਼ੀਰੋ ਤਾਂ ਉਸ ਜ਼ੀਰੋ ਨਾਲ ਇਹ 40 ਇਹ 10 ਹੈ ਜ਼ੀਰੋ ਨਾਲ ਆਪਾਂ ਕਿਸੇ ਦੀ ਵੀ ਗੁਣਾ ਕਰੀਏ ਜਾਂ ਵੰਡ ਕਰੀਏ ਉਹ ਹਮੇਸ਼ਾ ਕੀ ਹੁੰਦਾ ਹੈ ਜ਼ੀਰੋ ਹੁੰਦਾ ਹੈ ਤਾਂ ਇਹਨੂੰ ਜਦੋਂ ਆਪਾਂ ਹੱਲ ਕੀਤਾ ਹੱਲ ਕਰਕੇ ਜੋ ਆਪਣਾ ਆਨਸਰ ਆ ਗਿਆ ਉਹ ਕੀ ਆ ਗਿਆ 25 ਆ ਗਿਆ ਠੀਕ ਆਪਾਂ ਇੱਕ ਉਦਾਹਰਣ ਹੋਰ ਲੈ ਕੇ ਚੱਲਦੇ ਹਾਂ ਥੋੜਾ ਜਾ ਹੋਰ ਸੌਖਾ ਕਰਨ ਦੇ ਲਈ ਮੱਧਮਾਨ ਪਤਾ ਕਰਨਾ ਹੈ ਵਰਗ ਅੰਤਰਾ 0 ਤੋਂ 50 50 ਤੋਂ 100 100 ਤੋਂ 150 150 ਤੋਂ 200 200 ਤੋਂ 250 ਬਾਰੰਬਾਰਤਾ f 16 18 20 15 19 ਇਹਦਾ ਆਪਾਂ ਲਗਾਵਾਂਗੇ ਜੋੜ 6 ਤੇ 8 14 14 ਤੇ 5 19 19 ਤੇ 9 28 2 3 4 ਤੇ 2 6 1 7 ਤੇ 1 8 ਠੀਕ ਹੋ ਗਿਆ ਤਾਂ ਆਪਾਂ ਇਹਦੋਂ ਵੰਡ ਕੀ ਕਰਦੇ ਸੀ ਮੱਧ ਬਿੰਦੂ ਜੋ ਵਰਗ ਅੰਤਰਾਲ ਹੈ ਉਹਨਾਂ ਦੇ ਸੰਮਤ ਬਿੰਦੂ 0 ਤੇ 50 ਦੇ ਵਿਚਾਲੇ ਦੇਖੋ ਕਿੰਨਾ ਆ ਗਿਆ ਬਿਲਕੁਲ 25 ਨਹੀਂ ਆਪਾਂ ਨੂੰ ਤਰੀਕਾ ਹੈਗਾ ਦੋਹਾਂ ਨੂੰ ਜੋੜ ਕੇ ਆਪਾਂ ਦੋਨੋਂ ਵੰਡ ਸਕਦੇ ਹਾਂ 50 ਤੇ 100 ਦੇ ਬਿਲਕੁਲ ਵਿਚਕਾਰ ਕੀ ਆ ਗਿਆ 75 100 ਤੇ 150 ਦੇ ਵਿਚਕਾਰ 125 150 ਤੇ 200 ਵਿਚਕਾਰ 175 200 ਤੇ 250 ਵਿਚਕਾਰ 225 ਇਹ ਦੂਬਾਰ ਆਪਾਂ ਕੀ ਲੈ ਕੇ ਚੱਲਦੇ ਸੀ A ਕੋਈ ਵੀ ਰਕਮ ਆਪਾਂ ਬਚਕਾਰ ਜੇ ਲੈ ਲੈਣਿਆ A ਆ ਗਿਆ A ਹੁਣ D X A 25 ਦੇ ਵਿੱਚੋਂ 125 ਘਟਾਏ 75 ਵਿੱਚੋਂ 125 ਘਟਾਏ 125 ਵਿੱਚੋਂ 125 ਘਟਾਏ 175 ਵਿੱਚੋਂ 125 ਘਟਾਏ 225 ਵਿੱਚੋਂ 125 ਘਟਾਏ ਇਹਨੂੰ ਮਾਈਨਸ ਕੀਤਾ -100 -50 0 50 100 ਠੀਕ ਹੁਣ ਗੱਲ ਆ ਗਈ ਦੋਸਤੋ ਆਈ ਦੀ ਤਾਂ ਦੇਖੋ ਧਿਆਨ ਨਾਲ ਇਹ ਸਾਰੀਆਂ ਰਕਮਾਂ ਕਿਸ ਤੇ ਵੰਡੀਆਂ ਜਾਂਦੀਆਂ 50 ਤੇ ਵੰਡੀਆਂ ਜਾਂਦੀਆਂ ਵੰਡੀਆਂ ਜਾਂਦੀਆਂ ਨਾ ਤਾਂ ਇਹਦਾ ਮਤਲਬ ਜੋ ਆਈ ਹੈ ਉਹ ਆਪਣਾ ਕਿੰਨਾ ਹੋ ਗਿਆ 50 ਇਥੇ ਇੱਕ ਗੱਲ ਹੋਰ ਆਪਾਂ ਉਰੇ ਆਈ ਲੈ ਕੇ ਚੱਲ ਰਹੇ ਹਾਂ ਕਿਤਾਬਾਂ ਦੇ ਵਿੱਚ ਐਚ ਵੀ ਲਿਖਿਆ ਜਾਂਦਾ ਯੂ ਵੀ ਲਿਖਿਆ ਜਾਂਦਾ ਹਰ ਇੱਕ ਕਿਤਾਬ ਦਾ ਅਲੱਗ-ਲੱਗ ਸਿੰਬਲ ਹੁੰਦਾ ਹੈ ਤਾਂ ਆਪਣੀ ਕਿਤਾਬ ਦੇ ਵਿੱਚ ਅਲੱਗ ਸਿੰਬਲ ਹੋ ਸਕਦਾ ਤੁਸੀਂ ਕਿਸੇ ਹੋਰ ਕਿਤਾਬ ਨੂੰ ਦੇਖੋਗੇ ਜਾਂ ਵੱਡੀਆਂ ਕਲਾਸਾਂ 'ਚ ਕਰੋਗੇ ਉੱਥੇ ਕੋਈ ਸਿੰਬਲ ਹੈ ਹੋਰ ਆ ਸਕਦਾ 50 ਨਾਲ ਵੰਡਿਆ -2 -1 0 1 2 ਹੁਣ f ਦੀ d' ਨਾਲ 16 ਦੀ -2 ਨਾਲ -32 ਇੱਥੇ ਬਹੁਤ ਧਿਆਨ ਨਾਲ ਗੁਣਾ ਕਰਨੀ ਹੈ 18 ਦੀ -1 ਨਾਲ -18 20 ਦੀ 0 ਨਾਲ 20 15 1 15 19 2 38 ਇਹਨੂੰ ਜੋੜਿਆ 53 ਇਹਨੂੰ ਜੋੜਿਆ -50 ਤੇ ਇਹਨੂੰ ਜੋੜਿਆ ਕਿੰਨਾ ਰਹਿ ਗਿਆ 3 ਰਹਿ ਗਿਆ ਹੋਰ ਕਿਸੇ ਦਾ ਦੇਖੋ ਆਪਾਂ ਜੋੜ ਨਹੀਂ ਕਰਨਾ ਤਾਂ ਇਹ ਗੱਲ ਦਾ ਧਿਆਨ ਚ ਰੱਖਣਾ ਹੁਣ ਮੱਧਮਾਨ a ਸਿਗਮਾ ਐਫ ਡੀ ਵਟ ਐ ਸਿਗਮਾ ਐਫ ਗੁਣਾ ਆਈ ਏ ਹੋ ਗਿਆ 125 ਸਿਗਮਾ ਐਫ ਡੀ ਹੋ ਗਿਆ ਦੇਖੋ 3 ਸਿਗਮਾ ਐਫ ਹੋ ਗਿਆ 88 ਆਈ ਹੋ ਗਿਆ 50 ਫਰਕ ਕੀ ਪਿਆ ਅਗਰ ਆਪਾਂ ਦੋਸਤੋ ਫਾਰਮੂਲੇ ਦੀ ਗੱਲ ਕਰੀਏ ਆਪਾਂ ਸਿਰਫ ਇੱਥੇ ਦੇਖੋ ਵੰਡ ਕਰਤੀ ਇੱਥੇ ਕੀ ਕਰਤੀ ਗੁਣਾ ਕਰਤੀ ਵੰਡ ਤਾਂ ਕੀਤੀ ਹੈ ਕਿਉਂਕਿ ਜਦੋਂ ਹੱਥ ਅਗਰ ਆਪਾਂ ਇਹਦੀ ਗੁਣਾ ਕਰਾਂਗੇ ਕਿਤੇ ਨਾ ਕਿਤੇ ਸੰਖਿਆਵਾਂ ਬਹੁਤ ਵੱਡੀਆਂ ਬਣ ਜਾਣਗੀਆਂ ਉਹਨੂੰ ਸੌਖਾ ਕਰਨ ਦੇ ਲਈ ਇੱਥੇ ਵੰਡ ਕਰਤੀ ਇੱਥੇ ਆਪਾਂ ਗੁਣਾ ਕਰਤੀ ਇਹ ਦੋ ਦੇ ਪਹਾੜੇ ਤੇ ਵੰਡੇਗੇ 25 44 ਤਾਂ ਆਪਣੇ ਕੋਲ ਕੀ ਆ ਗਿਆ 125 25 3 75 44 ਵੰਡੋ 44 1 44 31 310 ਲਗਭਗ ਕਿੰਨਾ ਆ ਗਿਆ 7 ਤਾਂ ਜੋੜ ਕੀਤਾ ਆਪਣਾ ਜੋ ਮੱਧਮਾਨ ਆ ਗਿਆ ਉਹ ਕਿੰਨਾ ਆ ਗਿਆ 126.7 ਤਾਂ ਇਹ ਸੀ ਆਪਣਾ ਦੋਸਤੋ ਮੱਧਮਾਨ ਹੁਣ ਆਪਾਂ ਇਹਦੀ ਇੱਕ ਦੋ ਉਦਾਹਰਨਾ ਹੋਰ ਲੈ ਕੇ ਚੱਲਦੇ ਆ ਥੋੜੀਆਂ ਜਿਹਾ ਹੋਰ ਕੰਪਲਿਕੇਟਡ ਜਿੱਥੇ ਮੈਂ ਗੱਲ ਕੀਤੀ ਸੀ ਦਸ਼ਮਲਵ ਵਾਲੀ ਜਿਵੇਂ ਆਪਾਂ ਲਾਸਟ ਲੈਕਚਰ ਦੇ ਦੇਖਿਆ ਸੀ ਦਸ਼ਮਲਵ ਦੇ ਟਾਈਮ ਜਦੋਂ ਆਪਾਂ ਗੁਣਾ ਕਰਦੇ ਆ ਤਾਂ ਕਿਤੇ ਨਾ ਕਿਤੇ ਦਸ਼ਮਲਵ ਦੇ ਵਿੱਚ ਆਪਣੇ ਕੋਲ ਗਲਤੀ ਦੇ ਚਾਂਸ ਵੱਧ ਜਾਂਦੇ ਆ ਹੁਣ ਆਪਾਂ ਇੱਕ ਉਦਾਹਰਣ ਇਹ ਜੀ ਲੈ ਕੇ ਚੱਲਦੇ ਆ ਜਿੱਥੇ ਆਪਣੇ ਕੋਲ ਕੀ ਹੈ ਦਸ਼ਮਲਵ ਹੈ ਵਰਗ ਅੰਤਰਾਲ ਬਾਰੰਬਾਰਤਾ f 0 ਤੋਂ 25 25 ਤੋਂ 50 50 ਤੋਂ 75 75 ਤੋਂ 100 100 ਤੋਂ 125 125 ਤੋਂ 150 16 9 12 10 15 18 ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਸੀ ਮੱਧ ਬਿੰਦੂ ਮੱਧ ਬਿੰਦੂ ਨੂੰ ਆਪਾਂ ਕੀ ਲੈ ਕੇ ਚੱਲਦੇ ਆ ਐਕਸ ਹੁਣ ਦੇਖੋ ਇੱਥੇ ਇਹਨਾਂ ਦੋਹਾਂ ਦਾ ਮੱਧ ਬਿੰਦੂ 12.5 ਹੈ ਨਾ ਇਹਨਾਂ ਦੋਹਾਂ ਦੇ ਵਿਚਕਾਰ 13.5 ਗੱਲ ਉੱਥੇ ਆ ਗਈ ਦੋਸਤੋ ਅਗਰ ਗੱਲ ਭੁੱਲ ਗਏ ਤਾਂ ਤੁਹਾਨੂੰ ਮੈਂ ਤਰੀਕਾ ਦੱਸਿਆ ਹੋਇਆ ਹੈ ਮੱਧ ਬਿੰਦੂ ਕੱਢਣ ਦਾ ਇੰਨਾ ਦੋਹਾਂ ਦਾ ਜੋੜ ਵਟੇ 2 ਠੀਕ ਹੈ ਇੰਨਾ ਦੋਹਾਂ ਦਾ ਜੋੜ ਵਟੇ 2 ਤਾਂ ਤੁਹਾਡੇ ਕੋਲੇ ਤਰੀਕਾ ਹੈਗਾ ਤੁਸੀਂ ਤਰੀਕਾ ਕਰ ਸਕਦੇ ਹੋ ਤੇ ਇੱਕ ਬੜੀ ਇੰਟਰਸਟਿੰਗ ਗੱਲ ਹੋਰ ਦੱਸਦਾ ਮੈਂ ਇੱਥੇ ਮੈਂ ਥੋੜਾ ਲਿਖ ਲਾਂ 50 ਤੋਂ 75 ਦਾ ਮੱਧ ਬਿੰਦੂ ਕਿੰਨਾ ਹੋ ਗਿਆ 52 75 ਤੋਂ 100 ਦਾ 87 100 ਤੋਂ 125 ਦਾ 112.5 125 ਦਾ ਦੋਸਤ ਇੱਕ ਤਾਂ ਬਹੁਤ ਵਧੀਆ ਸਿਸਟਮ ਹੈ ਅਗਰ ਤੁਸੇ ਨੂੰ ਚੈੱਕ ਕਰਨਾ ਹੋਵੇ ਸਹੀ ਹੈ ਜਾਂ ਗਲਤ ਹੈ ਤੁਸੀਂ ਇੱਥੇ ਦੇਖੋ ਕਿੰਨੇ ਕਿੰਨੇ ਦਾ ਅੰਤਰ ਹੈ ਇਸ ਅਕੋਰਡਿੰਗ ਲੇਟ ਖੜਮੇ ਲੋਟ 25 25 ਦਾ ਅੰਤਰ ਹੈ ਨਾ ਤਾਂ ਇੱਥੇ ਵੀ ਅੰਤਰ 25 25 ਦਾ ਹੀ ਆਊਗਾ ਤਾਂ ਜੋ ਇੱਥੇ ਅੰਤਰ ਹੈ ਦੇਖੋ ਉਹ 25 25 ਦਾ ਹੀ ਆਣਾ ਹੈ ਹੈ ਨਾ ਜੋ ਆਪਾਂ ਗੱਲ ਕੀਤੀ ਹੈ ਈਵਨ ਹੋਰ ਆਪਾਂ ਅੱਗੇ ਚੈੱਕ ਕਰਦੇ ਹਾਂ ਪਹਿਲਾਂ ਆਪਾਂ a ਲੈ ਰਹੇ ਹਾਂ आप पता है आप वैल्यू बचालो ले सकते हैं तो डी आ गया एक्स माइनस ए साढ़े बारह माइनस बाहठ hmm. पॉइंट पंच सैंती पॉइंट पंच माइनस बाहठ पॉइंट पंच बाहठ पॉइंट पंच माइनस बाहठ पॉइंट सतासी पॉइंट पंच माइनस बाहठ पॉइंट एक सौ बारह पॉइंट पंच माइनस बाहठ पॉइंट 137.5 62.5 ਇਹਨੂੰ ਮਾਈਨਸ ਕੀਤਾ 50 25 0 25 50 75 ਹੈਨਾ ਹੁਣ ਜੋ ਡਿਫਰੈਂਸ ਇੱਥੇ ਹੈ 25 25 ਦਾ ਉਹ ਇੱਥੇ ਵੀ ਹੋਣਾ ਹੈ ਉਹ ਇੱਥੇ ਵੀ ਹੋਣਾ ਹੈ ਤਾਂ ਇਹਨਾਂ ਤਿੰਨਾਂ ਕੇਸਸ ਦੇ ਵਿੱਚ ਜੋ ਅੰਤਰ ਹੈ ਉਹ 25 25 ਹੀ ਰਹਿਣਾ ਹੈ ਤਾਂ ਤੁਸੀਂ ਆਪਣੇ ਇੱਥੇ ਮਿਸਟੇਕ ਨੂੰ ਚੈੱਕ ਕਰ ਸਕਦੇ ਹੋ ਕਿ ਗਲਤ ਹੋ ਰਿਹਾ ਜਾਂ ਨਹੀਂ ਹੋ ਰਿਹਾ ਹੁਣ <laughs> d' ਕੀ ਹੋ ਗਿਆ b/i ਤੇ ਆਪਾਂ i ਦੀ ਗੱਲ ਕੀਤੀ ਹੋਈ ਹੈ ਦੇਖੋ ਸਾਰੀਆਂ ਰਕਮਾਂ 25 ਦੇ ਵੰਡੀਆਂ ਜਾਂਦੀਆਂ ਤੇ ਆਪਣਾ ਆਨਸਰ ਇਹੀ 25 ਵੀ ਇਹੀ ਹੁੰਦਾ ਜਿੰਨਾ ਅੰਤਰ ਹੋਵੇ ਤਾਂ ਦੇਖੋ ਸਾਰੀਆਂ ਚੀਜ਼ਾਂ ਆਪਸ ਰਿਲੇਟ ਹੋ ਗਈਆਂ ਇੱਥੇ ਵੀ 25 25 ਦਾ ਅੰਤਰ ਇੱਥੇ ਵੀ 25 25 ਦਾ ਅੰਤਰ ਇੱਥੇ ਵੀ 25 25 ਦਾ ਅੰਤਰ ਤੇ ਵੰਡਿਆ ਵੀ 25 ਤੇ ਹੀ ਜਾਊਗਾ ਇਹਨੂੰ ਵੰਡਿਆ -2 minus -1 0 1 2 10 ਹੁਣ f ਦੀ d ਡੈਸ਼ ਨਾਲ ਗੁਣਾ ਕਰਨੀ ਹੈ 16 ਦੀ ਕੀਤੀ -32 9 ਦੇ 1 ਨਾਲ ਕੀਤੀ -9 12 ਦੀ 0 ਨਾਲ ਕੀਤੀ 12 10 1 10 15 2 ਨਾ 30 18 30 54 ਤੇ ਜਦੋਂ ਆਪਾਂ ਜੋੜ ਲਗਾਣਾ ਇੱਕ ਤਾਂ ਆਪਾਂ ਇਸ ਦਾ 6 ਤੇ 9 15 ਤੇ 2 17 ਤੇ 5 22 ਤੇ 8 30 3 4 5 6 7 8 21 ਦਾ ਪਲਸ ਵਾਲੇ ਅਲੱਗ ਕਰੋ 53 84 ਤੇ 10 94 ਮਾਈਨਸ ਵਾਲੇ ਅਲੱਗ ਕਰੋ ਤਾਂ ਆਪਣੇ ਕੋਲ ਬਚ ਗਿਆ ਦੋਸਤੋ 53 ਠੀਕ ਹੁਣ ਇਹ ਹੋ ਗਿਆ ਆਪਣੇ ਕੋਲੇ ਪਗ ਵਿਚਲਨ ਵਿਧੀ ਜਿਸ ਤੇ ਆਪਾਂ ਗੱਲ ਕਰ ਰਹੇ ਹਾਂ ਹੁਣ ਅੱਗੇ ਆ ਗਿਆ ਮੀਨ ਬਰਾਬਰ ਹੈ a sigma fd' what is sigma f i a ਕਿੰਨਾ ਹੈ 62.5 sigma fd ਕਿੰਨਾ ਆ ਗਿਆ ਡੈਸ਼ 53 sigma f ਆ ਗਿਆ 80 i ਕਿੰਨਾ ਆ ਗਿਆ 25 ਠੀਕ ਹੋ ਗਿਆ ਹੁਣ ਦੇਖੋ ਹੱਲ ਕਰਦੇ ਆ 5ਉ 5ੀ 25 16 5 80 62.5 53 ਦੀ 5 ਨਾਲ ਗੁਣਾ ਕੀਤੀ 265 ਵਟੇ 16 62.5 16 16 10 105 16 96 990 16 5 80 10 ਤੇ ਹੁਣ ਜੋੜ ਕਰਾਂਗੇ 06 117 ਤੇ 6279 ਤਾਂ ਜੋ ਆਪਣਾ ਮੱਧਮਾਨ ਆ ਗਿਆ ਉਹ ਆ ਗਿਆ 79.06 ਹੁਣ ਆਪਾਂ ਇੱਕ ਉਦਾਹਰਨ ਹੋਰ ਲੈ ਕੇ ਚੱਲਦੇ ਆ ਜਿੱਥੇ ਅੰਤਰ ਅੰਤਰਾਲ ਥੋੜਾ ਦਾ ਬਦਲਾਂਗੇ ਜਿਵੇਂ ਆਪਾਂ पिछले लैक्चर गल की उदाहरण की कह रही है वर्ग अंतराल बारंबारता दस तो उन्नीस भी तो उन्नती ती तो उन्ताली चाली तो उन्जा पंजा तो उनाठ 12 بار تا 6 12 8 9 5 ٹھیک ਇਹਨੂੰ ਆਪਾਂ ਕੀ ਲੈ ਕੇ ਚੱਲਦੇ ਆਂ F ਸਭ ਤੋਂ ਪਹਿਲਾਂ ਹੁਣ ਕੀ ਲਵਾਂਗੇ ਮੱਧ ਬਿੰਦੂ ਇਹਨਾਂ ਦੋਹਾਂ ਦਾ ਮੱਧ ਬਿੰਦੂ ਦੇਖੋ ਦੋਹਾਂ ਨੂੰ ਜੋੜੋ ਦੋ ਨਾਲ ਵੰਡਿਆ ਕਿਉਂਕਿ ਅਗਰ ਡਾਇਰੈਕਟ ਨਹੀਂ ਨਿਕਲ ਰਿਹਾ ਆਪਣੇ ਕੋਲੇ ਆਹ ਤਰੀਕਾ ਹੈ ਤੇ ਉਸ ਤੋਂ ਬਾਅਦ ਦੋਸਤੋ ਦੇਖੋ ਮੈਂ ਤੁਹਾਨੂੰ ਆਇ ਅੰਤਰ ਕਿਹਾ ਸੀ ਆਇ ਨਹੀਂ ਉਹਦੇ ਗੜਬੜ ਹੋਣੀ ਹੈ ਇੱਥੇ 10 10 ਦੇ ਅੰਤਰ ਹੈ ਤਾਂ ਇਹਦੇ ਵਿੱਚ ਵੀ 10-10 ਦੇ ਹੋਣਗੇ ਅਗਲਾ 24.5 ਆਊਗਾ ਚੈੱਕ ਕਰਕੇ ਦੇਖ ਲਿਓ ਤੁਸੀਂ ਕਿੰਨਾ ਆ ਗਿਆ 24.5 ਉਸ ਤੋਂ ਬਾਅਦ 34.5 44.56 ਲੇਕਿਨ ਇੱਕ ਵਾਰ ਇਹਨੂੰ ਵੈਰੀਫਾਈ ਜ਼ਰੂਰ ਕਰਨਾ ਹੈ ਠੀਕ ਹੈ ਹੁਣ ਆਪਾਂ a ਲੈ ਕੇ ਚੱਲਦੇ ਸੀ ਇਹ ਹੁੰਦਾ ਸੀ ਆਪਣੇ ਕੋਲੇ x ਮੰਨ ਲਓ ਆਪਾਂ ਵਿਚਕਾਰਲੀ ਰਕਮ a ਲੈ ਲਈ ਤਾਂ d ਆ ਗਿਆ x a 14.34 34 20 24 34 10 34 34 0 46.5 34.5 10 54.5 34.5 20 ਦੇਖੋ ਇੱਥੇ ਵੀ ਕੀ ਹੈ 10 10 ਦਾ ਅੰਤਰ ਹੈ ਤਾਂ ਜਿਹੜਾ ਆਈ ਹੋਣਾ ਉਹ ਆਪਣਾ ਕੀ ਹੋਣਾ 10 10 1 2 -2 -1 0 1 2 f' 6 ਦੀ -2 ਨਾਲ ਕੀਤੀ -12 12 ਦੇ ਨਾਲ ਕੀਤੀ -12 8 ਦੇ 0 ਨਾਲ ਕੀਤੀ 8 9 1 9 5 2 10 ਪਲੱਸ ਵਾਲੇ ਅਲੱਗ ਮਾਈਨਸ ਵਾਲੇ ਅਲੱਗ 1 ਹੋ ਗਿਆ ਇਹ ਇਸ ਦਾ 1 ਹੋ ਗਿਆ ਸ਼ੁਰੂ ਵਾਲਾ 6 ਤੇ 12 18 18 ਤੇ 8 26 26 ਤੇ 9 35 35 ਤੇ 5 40 ਹੁਣ ਮੱਧਮਾਨ ਦਾ ਕੀ ਫਾਰਮੂਲਾ ਸੀ ਆਪਣੇ ਕੋਲੇ a Σ fd' Σ f i a ਆ ਗਿਆ 34 Σ fd ਆ ਗਿਆ -5 Σ f ਆ ਗਿਆ 40 आई ਆ ਗਿਆ 10 ਤਾਂ ਦੇਖੋ ਕੀਮਤਾਂ ਨੂੰ ਜਦੋਂ ਭਰਨਾ ਹੈ ਤਾਂ ਬਹੁਤ ਧਿਆਨ ਨਾਲ ਇਹਨੂੰ ਹੱਲ ਕਰਨਾ ਹੈ 0 ਨਾਲ 0 ਕੱਟ ਗਿਆ 34 5 4 5 ਨੂੰ 4 ਨਾਲ ਵੰਡਿਆ 1.25 ਤਾਂ ਹੱਲ ਕਰਕੇ ਕੀ ਆ ਗਿਆ 33.25 ਤਾਂ ਦੋਸਤੋ ਇਹ ਹੈ ਆਪਣੇ ਕੋਲੇ ਮਦਮਾਨ ਦੀਆਂ ਤਿੰਨੋਂ ਵਿਧੀਆਂ ਥੈਂਕ ਯੂ